ਜੇਐਨਯੂ ਵਿਦਿਆਰਥੀਆਂ ਦੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਤੋਂ ਬਾਅਦ ਪ੍ਰਸਿੱਧ ਫਿਲਮੀ ਅਦਾਕਾਰਾ ਦੀਪਿਕਾ ਪਾਦੂਕੋਣ ਭਾਜਪਾ ਦੇ ਨਿਸ਼ਾਨੇ 'ਤੇ ਹੈ। ਇਸ ਦੌਰਾਨ ਮੱਧ ਪ੍ਰਦੇਸ਼ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਭਾਜਪਾ ਵਿਧਾਇਕ ਗੋਪਾਲ ਭਾਰਗਵ ਦਾ ਕਹਿਣਾ ਹੈ ਕਿ ਹੀਰੋਇਨ ਨੂੰ ਮੁੰਬਈ 'ਚ ਬੈਠ ਕੇ ਸਿਰਫ ਡਾਂਸ ਕਰਨਾ ਚਾਹੀਦਾ ਹੈ, ਜੇਐਨਯੂ ਨਹੀਂ ਜਾਣਾ ਚਾਹੀਦਾ। ਰਾਜਨੀਤੀ ਕਰਨੀ ਹੈ ਤਾਂ ਰਾਜਨੀਤੀ 'ਚ ਆਓ, ਚੋਣ ਲੜੋ। ਹੀਰੋਇਨ ਕੋ ਤਾਂ ਆਪਣਾ ਡਾਂਸ ਕਰਨਾ ਚਾਹੀਏ ਬਾਂਬੇ ਮੇਂ ਬੈਠ ਕੇ, ਵਹਾਂ ਪੇ ਜੇਐਨਯੂ ਮੇਂ ਕਿਉਂ ਜਾਣਾ ਚਾਹੀਏ ਉਸਕੋ, ਮੇਰੀ ਸਮਝ ਮੇਂ ਨਹੀਂ ਆ ਰਹਾ। ਤੋ ਇਸ ਪ੍ਰਕਾਰ ਕੇ ਦਰਜਨੋਂ ਲੋਕ ਹੋ ਗਏ ਹੈ ਜੋ ਐਕਟਿਵਿਸਟ ਕਹਿਲਾਤੇ ਹੈ, ਆਰਟਿਸਟ ਕਹਿਲਾਤੇ ਹੈ, ਜੋ ਵੀ ਹੈ, ਵੋ ਐਸੀ ਜਗ੍ਹਾ ਜਾ ਕੇ ਜਹਾਂ ਸਿਰਫ ਪੜ੍ਹਨਾ ਏਕ ਹੀ ਧੇਯ ਹੋਣਾ ਚਾਹੀਏ ਲੋਕ ਕਾ। ਰਾਜਨੀਤੀ ਕਰਨਾ ਹੈ ਤੋ ਰਾਜਨੀਤੀ ਮੇਂ ਆਓ, ਚੁਣਾਵ ਲੜੋ, ਔਰ ਚੁਣਾਵ ਲੜੇ ਵੀ ਹੈ ਲੋਕ, ਪਤਾ ਚਲਾ ਹੈ ਕਹਾਂ ਤੀਸਰੇ ਨੰਬਰ ਰਹੇ। कांग्रेस का ये कहना पड़ता है बेगूसराय से चुनाव लड़े तीसरे नंबर रहे, तो मैं कहना चाहता हूँ कि भाई ऐसी राजनीति तो जब परिसर में करोगे तो ठीक है, परिसर के बाहर आओगे तो फिर पता चल जाएगा कि हमारी हैसियत कितनी। इसलिए ये सब काम जो है पढ़ाई लिखाई का परिसर के अंदर होना चाहिए।